ਅੰਮ੍ਰਿਤਸਰ ਦੇ ਹਕੀਮਾਂ ਵਾਲੇ ਗੇਟ ਤੇ ਪੁਲਿਸ ਕਰਮਚਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਨਸ਼ੇ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਥਾਣੇ ਵਿੱਚ ਹੀ ਮੌਤ ਹੋ ਗਈ। ਇਸ ਸਬੰਧ ਵਿੱਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਪੁਲਿਸ ਉੱਪਰ ਪੱਥਰਵਾਹੀ ਕੀਤੀ ਗਈ ਹੈ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਲਾਠੀਚਾਰਜ ਕਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀ DSP ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਦਾ ਕਾਰਨ ਹਾਲੇ ਤੱਕ ਨਹੀਂ ਮਿਲਿਆ। ਪੋਸਟਮਾਰਟਮ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਭਾਜੀ ਅੱਜ ਤੱਕ ਮੁੰਡੇ ਨੇ ਕਦੀ ਨਸ਼ਾ ਨਹੀਂ ਕੀਤਾ। ਇਹ ਕੁਲਦੀਪ ਇੱਕ ਮਿੰਟ ਯਾਰ, ਇਹ ਕੁਲਦੀਪ ਭਾਂਦੇ ਖਾੜੇ ਭਲਵਾਨੀ ਕਰਦਾ ਰਿਹਾ ਹੈ। ਇਹਨੂੰ ਮੇਰਾ ਖਿਆਲ ਬਹੁਤਾ ਨਹੀਂ ਤੇ 10 ਸਾਲ ਇਹ ਭਲਵਾਨੀ ਕਰਦਾ ਰਿਹਾ ਹੈ। ਉਸ ਤੋਂ ਬਾਅਦ ਇਹ ਬੁਲਾਰੀਆ ਸਾਹਿਬ ਨਾਲ ਜੁੜਿਆ, MLA ਬੁਲਾਰੀਆ ਸਾਹਿਬ ਨਾਲ 15 ਸਾਲ ਹੋ ਗਏ ਆ ਇਹ ਬੁਲਾਰੀਆ ਸਾਹਿਬ ਨਾਲ ਜੁੜਿਆ ਹੈ। ਇਹ ਮੁੰਡਾ ਬੱਲੇ ਦੇ ਵਿੱਚ ਨਸ਼ਾ ਮੁਕਾਉਣ ਵਾਸਤੇ ਇਹਨੇ ਇੱਕ ਮੁਹਿੰਮ ਜਾਰੀ ਕੀਤੀ ਸੀ। ਕਹਿੰਦਾ ਮੇਰੇ ਵੀਰੋ ਨਸ਼ਾ ਨਾ ਕਰੋ, ਆਪਾਂ ਰਲ ਕੇ ਆਪਸ ਦੇ ਵਿੱਚ ਆਪਾਂ ਮਹੱਲਾ ਸੁਧਾਰਨਾ ਹੈ, ਆਪਾਂ ਆਪਣੀ ਪਾਰਕ ਬਣਾਉਣੇ ਆ, ਆਪਾਂ ਆਪਣੀ ਬਰਾਦਰੀ ਨੂੰ ਉੱਤੇ ਚੁੱਕਣਾ ਹੈ। ਪਰ ਅੱਜ ਇਹਨਾਂ ਨੇ ਇਹਨੂੰ ਇੱਕ ਮਿੰਟ ਅੱਜ ਇਹਨਾਂ ਬੰਦਿਆਂ ਨੇ ਪੁਲਿਸ ਵਾਲਿਆਂ ਨੇ ਇਹਨੂੰ ਚੁੱਕਿਆ। ਚੁੱਕਣ ਤੋਂ ਬਾਅਦ ਇਹਦੀ 20-25 ਮਿੰਟਾਂ ਬਾਅਦ ਮੌਤ ਹੋ ਗਈ ਆ। ਕਹਿੰਦੇ ਇਹ ਮੁੰਡਾ ਜੀ ਨਸ਼ੇ ਕਰਦਾ, ਨਜਾਇਜ਼ ਟੋਰਚਰ ਕੀਤਾ ਹੈ ਇਹਦੇ। ਇੱਕ ਮਿੰਟ ਇਹਦੇ 3 ਨਿੱਕੇ ਨਿੱਕੇ ਬੱਚੇ ਆ। ਹੁਣ ਇਹਦਾ ਜਵਾਬ ਦਿਓ ਕਿ ਇਹਦੇ ਬੱਚੇ ਪਾਲੂਗਾ ਕੌਣ, ਇਹਦੀ ਜਨਾਨੀ ਨੂੰ ਕੌਣ ਸਾਂਭੂਗਾ। ਇਸ ਭੈਣ ਚੋ ਪੁਲਿਸ ਵਾਲਿਆਂ ਨੂੰ ਪੁੱਛੋ, ਇਹ ਸੁਲਤਾਨਵਿੰਡ ਰੋਡ, ਇੱਕ ਸੁਲਤਾਨਵਿੰਡ ਰੋਡ ਗੁਰੂ ਰਾਮਦਾਸ ਨਗਰ ਗਲੀ ਨੰਬਰ 4 ਤੇ ਦੂਜਾ ਮੁੰਡਾ ਲੱਕੀ, ਲੱਕੀ ਨੂੰ ਉਹਨੂੰ ਪ੍ਰਧਾਨ ਆ ਇਹ ਸ਼ਾਹ ਪ੍ਰਧਾਨ, 43 ਪਹਿਲਾਂ 40 ਨੰਬਰ ਵਾਰਡ ਹੀ ਹੁਣ 63 ਨੰਬਰ ਵਾਰਡ ਹੋ ਗਈ ਆ। ਇਹ ਮੁੰਡਾ ਉੱਥੋਂ ਦਾ ਪ੍ਰਧਾਨ ਆ। ਇਹ ਜਦੋਂ ਕੋਈ ਝਗੜਾ ਹੋ ਜਾਂਦਾ ਹੈ ਇਹ ਨਾਲ ਜਾਂਦਾ, ਹਰ ਕਿਸੇ ਨਾਲ ਤੁਰਦਾ ਹੈ। ਇਹਨੂੰ ਰਾਤ ਆਵਾਜ਼ ਮਾਰ ਲਓ, ਮੁੰਡਾ ਸਹਿਮਤ ਆ। ਇਹ 'ਚ ਬਿੱਟੂ ਨਾਂ ਦਾ ਵਿਅਕਤੀ ਹੈਗਾ ਜਿਹਦੀ ਹੈਗੀ ਆ ਡੈਥ ਹੋ ਗਈ। ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਨੇ ਇੱਕ ਕੰਪਲੇਂਟ ਦਿੱਤੀ ਹੈਗੀ ਆ ਇਹਦੀ ਡੈਥ ਦੇ ਬਾਰੇ। ਉਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਹੈਗਾ ਪੋਸਟਮਾਰਟਮ ਕਰਕੇ ਜਿਹੜੀ ਫਰਦਰ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਏਗੀ ਗੱਲ ਉਹ ਕਾਰਵਾਈ ਕਰਾਂਗੇ, ਜੋ ਵੀ ਕੌਜ਼ ਆਫ ਡੈਥ ਆਏਗਾ। ਨਹੀਂ ਇਸ ਤਰ੍ਹਾਂ ਹੈਗਾ ਕਿ ਮੈਂ ਤੁਹਾਨੂੰ ਦੱਸਿਆ ਵੀ ਅਜੇ ਜਿਹੜਾ ਕੌਜ਼ ਆਫ ਡੈਥ ਜਿਹੜਾ ਅਸਟੈਬਲਿਸ਼ ਹੋਵੇਗਾ, ਸਵੇਰੇ ਅਸੀਂ ਜਿਹੜਾ ਬੋਰਡ ਤੋਂ ਜਿਹੜਾ ਇਹਦਾ ਪੋਸਟਮਾਰਟਮ ਕਰਵਾ ਰਹੇ ਹਾਂ, ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧ 'ਚ ਅਸੀਂ ਜਿਹੜਾ ਸਾਰਾ ਵੈਰੀਫਾਈ ਕਰਦੇ ਪਏ ਹੈਗੇ ਉਹਦੇ ਵਿੱਚ ਜਿਹੜਾ ਸਾਡੀ ਜਿਹੜੀ ਹੈਗੀ ਆ ADCP ਸਿਟੀ 1 ਅਤੇ ACP ਸੈਂਟਰਲ ਉਹਦੇ ਬਾਰੇ ਵੈਰੀਫਾਈ ਕਰਦੇ ਹਾਂ। ਜੋ ਵੀ ਅਸਲੀਅਤ ਹੋਈ ਅਸੀਂ ਉਹਦੇ ਅਕੋਰਡਿੰਗਲੀ ਕਾਰਵਾਈ ਕਰਾਂਗੇ।